ਹੁਣ ਜਿਹੜਾ ਇਹ ਪਾਰਟੀ ਦੇ ਭਰੋਸਾ ਦਿਖਾਇਆ ਤੁਹਾਨੂੰ ਲੱਗਦਾ ਮਹਿਲਾਵਾਂ ਤੇ ਹੁਣ ਜਿਹੜੇ 1000 ਰੁਪਏ ਦੀ ਗੱਲ ਹੋਵੇ ਭਾਵੇਂ ਉਹ ਹੋਰ ਸੁਰੱਖਿਆ ਦੇਣ ਦੀ ਗੱਲ ਹੋਵੇ ਜਿਹੜੀ ਪੂਰੀ ਹੋਏਗੀ ਕਿ ਸ਼ਾਬਾਸ਼ ਇਹਨਾਂ ਦੀ ਪਾਰਟੀ ਵੱਲੋਂ ਕਿ ਜਿੱਤ ਉਹਨਾਂ ਦੀ ਹੋਈ ਆ ਲੇਕਿਨ ਜਿਹੜੀ ਮਹਿਲਾ ਵਾਸਤੇ ਆ ਜਿਹੜਾ 1000 ਰੁਪਏ ਮਹੀਨਾ ਵਾ ਉਹ ਦੇਣਗੇ वादे पूरे करनगे अपने बिल माफ करनगे पानी के बिल माफ करनगे ते अगे तो भी जित रहूगी नहीं तो फिर सत श्री अकाल लोगों ने अपना विश्वास दिखाता है हुण जिहड़े वादे हैगे ओह तुहानूं लगदा हुण पूरे होणगे देखो जी की पता हुण पूरे करनगे कहिंदे तां हैगे जदों पूरे करनगे उदों ही आना जिन्न जे साडे महल्ला देखो किड्डा भैड़ा आ किड्डा भैड़ा देखो ना कांग्रेस ने किता ना अकालिया ने किता हुण इह देखो करदे आ कि नहीं ਉਹਨੇ ਜਿਹੜੇ ਵਾਅਦੇ ਕੀਤੇ ਨੇ ਮਹਿਲਾਵਾਂ ਨੂੰ 1000 ਰੁਪਏ ਦੇਣ ਦੇ ਆ ਜੋ ਵੀ ਪੂਰੇ ਹੋਣਗੇ ਕੀ ਤਾਂ ਪੂਰੇ ਕਰ ਹੀ ਦੇਣ ਕਿ ਨਾ ਪਾਰਟੀ ਆਈ ਹੈ ਤੇ ਭਰੋਸਾ ਤਾਂ ਨਹੀਂ ਹਾਂ ਕੋਈ ਹੈਗਾ ਹੀ ਆਈ ਕਿ ਸਾਨੂੰ ਬੰਦਾ ਗਲੀ ਦੇ ਹਾਂ ਲੱਗਿਆ ਆ ਜਿੱਤਿਆ ਨਾ ਕਰੇਗਾ ਉਹਨਾਂ ਨੇ ਬਾਰੀ ਬੰਨੀ ਸੀਗੀ ਇੱਕ ਵਾਰੀ ਅਕਾਲੀ ਆਣਗੇ ਇੱਕ ਵਾਰੀ ਕਾਂਗਰਸ ਆਣਗੇ ਪਰ ਕੋਈ ਹੱਲ ਨਹੀਂ ਹੋਇਆ ਉਹਨਾਂ ਦਾ ਤੇ ਤੀਸਰੀ ਪਾਰਟੀ ਆਈ ਹੈ ਹੁਣ ਦੇਖੋ ਇਹ ਕੀ ਕਰਦੀ ਹੈਗੀ ਪ੍ਰੋਸੈਸ ਪ੍ਰੋਸੈਸ ਸਾਰੀ ਇਹ ਜਿੱਤੀ ਸਾਰੀਆਂ ਪਾਰਟੀਆਂ ਹਾਰੀਆਂ ਕੋਈ ਪਾਰਟੀ ਨਹੀਂ ਜਿੱਤੀ ਹੈਗੀ ਸਤਿ ਸ਼੍ਰੀ ਅਕਾਲ ਮੈਂ ਹਾਂ ਨਿਧੀ ਵਰਮਾ ਤੇ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਭਗਵੰਤ ਮਾਨ ਜੀਤ ਚੁੱਕੇ ਨੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਜਿੱਤ ਚੁੱਕੀ ਹੈ ਬਹੁਤ ਵੱਡੀ ਜਿਹੜੀ ਜਿੱਤ ਹਾਸਲ ਕੀਤੀ ਹੈ ਆਮ ਆਦਮੀ ਪਾਰਟੀ ਨੇ ਇੱਕ ਮੌਕਾ ਜਿਹੜੀ ਦੇਣ ਦੀ ਗੱਲ ਕਹੀ ਗਈ ਸੀ ਲੋਕਾਂ ਨੇ ਵੀ ਮੌਕਾ ਦੇ ਦਿੱਤਾ ਹੈ ਆਮ ਪਾਰਟੀ ਨੂੰ ਆਮ ਜਨਤਾ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੇਰ ਦਿੱਤਾ ਹੈ ਤੇ ਇਸ ਲਈ ਅਸੀਂ ਗੱਲ ਕਰਨ ਆਇਆ ਮਹਿਲਾਵਾਂ ਦੇ ਨਾਲ ਜਿਹੜੀ ਮਹਿਲਾਵਾਂ ਨੂੰ ਲੈ ਕੇ ਜਿਹੜੇ ਵਾਅਦੇ ਕੀਤੇ ਗਏ ਸੀ ਆਮ ਆਦਮੀ ਪਾਰਟੀ ਵੱਲੋਂ ਤੇ 1000 ਰੁਪਏ ਦੇਣ ਦੀ ਗੱਲ ਹੋਵੇ ਫਿਰ ਚਾਹੇ ਉਹ ਹੋਰ ਚੀਜ਼ਾਂ ਦੀ ਗੱਲ ਹੋਵੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਕੀ ਲੱਗਦਾ ਹੈ ਕਿ ਜਿਹੜੀ ਇਹ ਗੱਲਬਾਤ ਜਿਹੜੀ ਕਹੀ ਗਈ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਗੱਲ ਕਹੀ ਗਈ ਉਹਨਾਂ ਨੂੰ ਲੱਗਦਾ ਹੈ ਕਿ ਪੂਰੇ ਕਰਨਗੇ ਸਤਿ ਸ਼੍ਰੀ ਅਕਾਲ ਆਂਟੀ ਕੀ ਲੱਗਦਾ ਜਿਹੜੇ ਜਿੱਤੇ ਨੇ ਉਹਨਾਂ ਵਾਸਤੇ ਬਹੁਤ ਵੱਡੀ ਗੱਲ ਆ ਕਿ ਸ਼ਾਬਾਸ਼ ਇਹਨਾਂ ਦੀ ਪਾਰਟੀ ਵੱਲੋਂ ਕਿ ਜਿੱਤ ਉਹਨਾਂ ਦੀ ਹੋਈ ਆ ਲੇਕਿਨ ਜਿਹੜੀ ਮਹਿਲਾ ਵਾਸਤੇ ਆ ਜਿਹੜਾ 1000 ਰੁਪਏ ਮਹੀਨਾ ਵਾ ਉਹ ਦੇਣਗੇ ਵਾਅਦੇ ਪੂਰੇ ਕਰਨਗੇ ਆਪਣੇ ਬਿੱਲ ਮਾਫ ਕਰਨਗੇ ਪਾਣੀ ਦੇ ਬਿੱਲ ਮਾਫ ਕਰਨਗੇ ਤੇ ਅੱਗੇ ਤੋਂ ਵੀ ਜਿੱਤ ਰਹੂਗੀ ਨਹੀਂ ਤੇ ਫਿਰ ਸਤਿ ਸ਼੍ਰੀ ਅਕਾਲ ਕੀ ਲੱਗਦਾ ਹੈ ਮਹਿਲਾਵਾਂ ਨੂੰ ਜਿਹੜੀ ਵਾਅਦੇ ਹੋਏ ਨੇ ਵਾਅਦੇ ਕੀਤੇ ਗਏ ਨੇ ਪਹਿਲੇ ਵੀ ਪਾਰਟੀਆਂ ਨੇ ਕੀਤੇ ਆ ਪਹਿਲੇ ਵੀ ਕਾਫੀ ਟਾਈਮ ਤੋਂ ਕੀਤੇ ਜਾ ਰਹੇ ਨੇ ਹੁਣ ਜਿਹੜਾ ਇਹ ਪਾਰਟੀ ਦੇ ਭਰੋਸਾ ਦਿਖਾਇਆ ਤੁਹਾਨੂੰ ਲੱਗਦਾ ਮਹਿਲਾਵਾਂ ਤੇ ਹੁਣ ਜਿਹੜੇ 1000 ਰੁਪਏ ਦੀ ਗੱਲ ਹੋਵੇ ਭਾਵੇਂ ਉਹ ਹੋਰ ਸੁਰੱਖਿਆ ਦੇਣ ਦੀ ਗੱਲ ਹੋਵੇ ਜਿਹੜੀ ਪੂਰੀ ਹੋਏਗੀ ਉਹ ਉਹਨਾਂ ਦੇ ਹੁਣ ਉਹਨਾਂ ਦੇ ਸਿਰ ਤੇ ਆ ਰਜੇ ਠੀਕ ਹੈ ਨਾ ਉਹਨਾਂ ਨੇ ਜਿਹੜੇ ਵਾਅਦੇ ਕਹੇ ਆ ਜੇ ਪੂਰੇ ਕਰਨਗੇ ਤੇ ਸ਼ਾਬਾਸ਼ੀ ਉਹਨਾਂ ਦੇ ਨਹੀਂ ਤੇ ਫਿਰ ਅੱਗੇ ਤੋਂ ਸਤਿ ਸ਼੍ਰੀ ਅਕਾਲ ਠੀਕ ਹੈ ਨਹੀਂ ਤੇ ਹੁਣ ਜਿਹੜਾ ਤੁਸੀਂ ਚੁਣ ਲਿਆ ਹੈ ਭਗਵੰਤ ਮਾਨ ਬਣ ਚੁੱਕੇ ਨੇ ਪੰਜਾਬ ਦੇ ਸੀਐਮ ਖੁਸ਼ ਹੋਣ ਬਸ ਸਾਰੀ ਦੁਨੀਆ ਖੁਸ਼ ਹੈ ਉਹਨਾਂ ਦੇ ਨਾਲ ਅਸੀਂ ਵੀ ਖੁਸ਼ ਹਾਂ ਠੀਕ ਹੈ ਨਾ ਤੁਸੀਂ ਚਾਹੁੰਦੇ ਸੀ ਆਮ ਆਦਮੀ ਪਾਰਟੀ ਆਵੇ ਚਲੋ ਕਿਸੇ ਨੇ ਤੇ ਆਣਾ ਹੀ ਸੀ ਰਾਜੇ ਸਾਰੇ ਜਣੇ ਬਿਲਕੁਲ ਸਾਰੇ ਜਣੇ ਆਪੋ ਆਪਣੀ ਜਗ੍ਹਾ ਤੇ ਜ਼ੋਰ ਲਾਉਂਦੇ ਸੀ ਇੱਕ ਨੇ ਤੇ ਆਣਾ ਹੀ ਆਣਾ ਸੀ ਸਾਰੇ ਖੁਸ਼ ਹੀ ਨੇ ਤੇ ਇਸ ਨਾਲ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਮਹਿਲਾਵਾਂ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਸੀ ਕੀ ਲੱਗਦਾ ਉਹਨਾਂ ਨੂੰ ਪੂਰੇ ਹੋਣਗੇ ਨਮਸਤੇ ਆਂਟੀ ਜੀ ਨਮਸਤੇ ਜੀ ਕੀ ਲੱਗਦਾ ਆਂਟੀ ਹਾਂਜੀ ਲੋਕਾਂ ਨੇ ਆਪਣਾ ਵਿਸ਼ਵਾਸ ਦਿਖਾਤਾ ਹੈ ਹੁਣ ਉਹ ਜਿਹੜੇ ਵਾਅਦੇ ਹੈਗੇ ਉਹ ਤੁਹਾਨੂੰ ਲੱਗਦਾ ਹੁਣ ਪੂਰੇ ਹੋਣਗੇ ਦੇਖੋ ਜੀ ਕੀ ਪਤਾ ਹੁਣ ਪੂਰੇ ਕਰਨਗੇ ਕਹਿੰਦੇ ਤਾਂ ਹੈਗੇ ਜਦੋਂ ਪੂਰੇ ਕਰਨਗੇ ਉਦੋਂ ਹੀ ਆ ਨਾ ਜੇ ਕਹਿੰਦੇ 1000 ਰੁਪਈਆ ਪਾਵਾਂਗੇ ਜਦੋਂ ਪਾਣਗੇ ਉਦੋਂ ਹੀ ਆ ਜਿੰਨ ਜੇ ਸਾਡੇ ਮਹੱਲਾ ਦੇਖੋ ਕਿੱਡਾ ਭੈੜਾ ਆ ਕਿੱਡਾ ਭੈੜਾ ਦੇਖੋ ਨਾ ਕਾਂਗਰਸ ਨੇ ਕੀਤਾ ਨਾ ਅਕਾਲੀਆਂ ਨੇ ਕੀਤਾ ਹੁਣ ਇਹ ਦੇਖੋ ਕਰਦੇ ਆ ਕਿ ਨਹੀਂ ਜੇ ਕਰਨਗੇ ਤਾਂ ਬਹੁਤ ਵਧੀਆ ਗੱਲ ਹੈ ਜੇ ਹਰ ਇੱਕ ਕੰਮ ਵਧੀਆ ਕਰਨਗੇ ਫਿਰ ਆਉਂਦੇ ਜਦੋਂ ਹੋਣਗੀਆਂ ਵੋਟਾਂ ਫਿਰ ਇਹਨਾਂ ਨੂੰ ਲੋਕ ਪਿਆਰ ਕਰਨਗੇ ਕਿ ਨਹੀਂ ਲੋਕਾਂ ਦੇ ਵਾਅਦੇ ਜਿਹੜੇ ਕਿਤੇ ਪੂਰੇ ਹੋਣਗੇ ਤਾਂ ਹੀ ਉਹ ਕੰਮ ਬਣੂਗਾ ਨਹੀਂ ਤਾਂ ਨਹੀਂ ਆਮ ਜਨਤਾ ਨੇ ਭਰੋਸਾ ਦਿਖਾਇਆ ਕਿ ਮਹਿਲਾਵਾਂ ਨੇ ਵੀ ਆਪਣਾ ਪੂਰਾ ਯੋਗਦਾਨ ਪਾਇਆ ਹੈਗੇ ਆ ਵੀ 1000 ਰੁਪਈਆ ਚੱਲ ਔਰਤਾਂ ਨੂੰ ਅਸੀਂ ਮਹੀਨੇ ਦਾ ਅਕਾਊਂਟ 'ਚ ਪਾਇਆ ਕਰਾਂਗੇ ਠੀਕ ਹੈ ਕਿ ਨਹੀਂ ਹੁਣ ਦੇਖੋ ਪਾਉਂਦੇ ਆ ਕਿ ਨਹੀਂ ਹਾਂਜੀ ਆਂਟੀ ਕੀ ਬੋਲੋਗੇ ਤੁਸੀਂ ਮੈਂ ਕੀ ਬੋਲਣਾ ਬੱਤੀ ਕਹਿ ਰਹੀ ਮੈਂ ਕਿਹਾ ਅਗਰ ਪਾਣੀ ਗਰੀਬ ਇਨਸਾਨ ਵਾਸਤੇ ਤਾਂ 1000 ਬਹੁਤ ਹੈ ਨਾ ਠੀਕ ਹੈ ਨਾ ਅੱਗੇ ਉਹਨਾਂ ਦੀ ਮਰਜ਼ੀ ਆ ਕੀ ਕਰਨਗੇ ਕੀ ਨਹੀਂ ਕਰਨਗੇ ਕੁਛ 1000 ਰੁਪਏ ਜਿਹੜੇ ਦੇਣੇ ਉਹਨਾਂ ਨੇ ਇਹਦੇ ਲਈ ਕਿਹਾ ਜਾ ਰਿਹਾ ਫਾਰਮ ਵੀ ਭਰੇ ਨੇ ਭਰੇ ਹੈ ਤੁਸੀਂ ਮੈਂ ਬੇਟਾ ਕੁਛ ਨਹੀਂ ਭਰਿਆ ਅਸੀਂ ਕੁਛ ਨਹੀਂ ਭਰਿਆ ਹੋਇਆ ਸਾਨੂੰ ਤਾਂ ਹੈ ਹੀ ਨਹੀਂ ਕਿ ਕਿਸੇ ਨੂੰ ਮਿਲੇਗਾ ਤਾਂ ਹੀ ਹੈ ਨਾ ਮੇਰੇ ਅਕਾਊਂਟ 'ਤੇ ਭਰਿਆ ਸੀ ਨੰਬਰ ਆਇਆ ਵਾ ਜੀ ਪਰ ਦੇਖੋ ਆਉਂਦੇ ਆ ਕਿ ਨਹੀਂ ਠੀਕ ਹੈ ਠੀਕ ਹੈ ਹਾਂ ਜਦੋਂ ਇੱਥੇ ਆਉਂਦੇ ਹੁੰਦੇ ਸੀ ਨਾ ਤਾਂ ਕਹਿੰਦੇ ਹੁੰਦੇ ਸੀਗੇ ਵੀ ਆਪਣਾ ਅਕਾਊਂਟ ਨੰਬਰ ਦਵੋ ਜੇ ਕਰੋ ਫਿਰ ਇੱਕ ਫੋਨ ਦਿੱਤਾ ਸੀ ਅਸੀਂ ਆਪਣੇ ਉਹਦੇ ਵਿੱਚ ਕੀਤਾ ਅਤੇ ਉਹਦੇ ਵਿੱਚ ਨੰਬਰ ਆ ਗਿਆ ਸੀ ਅਤੇ ਹੁਣ ਕਹਿੰਦੇ ਸੀ ਜਦੋਂ ਜਿੱਤਾਂਗੇ ਤਾਂ ਉਦੋਂ ਪਾਵਾਂਗੇ ਹੁਣ ਅੱਗੋਂ ਦੇਖੋ ਪਾਉਂਦੇ ਆ ਕਿ ਨਹੀਂ ਕੀ ਲੱਗਦਾ ਹੈ ਆਂਟੀ ਜੀ ਕੀ ਲੱਗਦਾ ਹੈ ਕਿ ਆਮ ਪਾਰਟੀ ਹੁਣ ਆ ਚੁੱਕੀ ਹੈ ਜਿੱਤ ਚੁੱਕੀ ਹੈ ਕੀ ਲੱਗਦਾ ਹੈ ਹੁਣ ਜਿਹੜੇ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਨੇ ਮਹਿਲਾਵਾਂ ਨੂੰ 1000 ਰੁਪਏ ਦੇਣ ਦੇ ਜਾਂ ਜੋ ਵੀ ਪੂਰੇ ਹੋਣਗੇ ਕੀ ਤਾਂ ਪੂਰੇ ਕਰ ਹੀ ਦੇਣ ਕਿ ਨਾ ਪਾਰਟੀ ਆਈ ਹੈ ਅਤੇ ਭਰੋਸਾ ਤੁਹਾਨੂੰ
कोई हैगा ही है, एक सानू बंदा गली दे लग्या जे ते ना करेगा की लगदा सब तो पहले केड़ी चीज ते काम करना चाहिदा है? पहले तो साडा मोहल्ला ही है बहुत ही ज्यादा गंदा, अही आज जब है हम अपने मोहल्ले नु ही करनी चाहिदे, काम करना चाहिदा। बिजली दे बिल माफ करने दी जड़ी गल कही गई, ठीक है, और कई चीजा बोलियां गई हैं, आम आदमी आम जनता ने भरोसा दिखाया, पूरा उन्हें भरोसा ही दिखाया, ते आते सारे को लो आएगा ते जे ते फिर सारे कहेंगे यही रवे में साडा प्रधानमंत्री बन जाए। थैंक यू जी मैम, की कहोगे, आम पार्टी आ चुकी है, महिलावां ने जड़ा है इस बार किया जा रहा है काफ़ी वोटों में योगदान दिता है अपना, तो की लगता है हम आम पार्टी आते जो उन्होंने भरोसे दिलाया है कि महिलाओं को 1000 रुपये महीना देने की गल की, हम पूरे हो गए? हाँ जी हाँ जी, सानू बहुत खुशी आ कि झाड़ू आम आदमी पार्टी जीती है, सानू बहुत खुशी आ। बार बार आईया सीगियां, उन्होंने बारी बन्नी सी, एक बार अकाली आएंगे एक बार कांग्रेस आएंगे, पर कोई हल नहीं होया उन्हों का, तो तीसरी पार्टी आई है हुण देखो ये की करती है, भरोसे से ही यह जीती, सारिया पार्टियां हारियां, कोई पार्टी नहीं जीती हैगी, भी ये सारे पासे झाड़ू ही हो गई है, तो सफाया हो गया है। हुण भगवंत मान का कहना सी भी असी जिहड़े बच्चे टैंकियां ते चढ़दे सीगे इन्हां नूं रुजगार देवांगे, साडे खुद ते आप दे बच्चे बहुत पढ़े लिखे हैगे, वह भी धक्के ही खा रहे हैं सारिआं दे नाल बराबर दे, ते की कहिंदा इन्ना पढ़ा लिखा के बच्चिआं नूं बहुत की कीता, ते हजे बेरोजगारी बहुत ज़्यादा है, ते जिहड़ी 1000 रुपये वाली है, ये कल भी मैं सुनी सी गल, ते वह कहिंदे सी असीं 1000 रुपया जिहड़ा महिलां नूं देणा ना अप्रैल तो शुरू होएगा, ते तुहानूं लगदा कि अप्रैल तो शुरू होएगा, कोई जिहड़ी इहदे बारे 1000 रुपये अकाउंट नंबर या फॉर्म जिहड़े कहे जा रहे भरे गए है की कहोगे? हाँ जी विश्वास है मैनू कि ये पूरा होएगा, पर मैसेज आए मैसेज आए है, जे नहीं मैसेज आने गए असं जे इन्हें अपने कुलवंत सिद्धू इतों जीते है इस महल में आत्म पार्क में, फिर असं उन्होंने पूछांगे भी तुसी मैसेज साढ़े लिते सी अकाउंट नंबर लिते सी 1000 रुपये वास्ते हुण की सुझा दे रहे हो, है ना। तो जे बिजली के बिल की गल कही पानी की गल कही कि घट किए जाएंगे रेट, भरोसा है कि इन्हों के रेट क्योंकि पहले भी देखे गए काफ़ी पार्टियां ने इदा दे वास्ते, कहनी पहले दो पार्टियां परख लिया, चलो तीसरी पार्टी ने भी परख के देखना चाहिए है, ठीक है नी। हुण केजरीवाल ने कहा भी एक बार मौका मैनू भी देना चाहिए, चलो मौका मिल गया इन्हों भी, ठीक है नी, जे करे तो भी ठीक है, जे नहीं करे फिर उ पार्टियां फिर द्वार तो ही आ जाएगियाँ, बिल्कुल आने गियाँ, तुम की कहोगे? हाँ जी मैनु तो पूरा विश्वास है कि वह करे। हाँ जी इस नाल असीं गलबात करते पे सी महिलावां दे नाल, महिलावां नूं लैके जिहड़े वादे किए गए सी पार्टी वालों की महिलावां नूं लगदा कि हुण इह पूरे होणगे, असीं गलबात की महिलावां ने जिहड़ा देखिया गया कि वोटां दे विच अपना काफ़ी जोश दिखाया है, काफ़ी अपना उत्साह दिखाया है, क्योंकि आम आदमी पार्टी ते लगातार ही शुरू तो ही एक भरोसा देखने नूं मिलिया सी, ते ओह भरोसे ते जिहड़ी है जनता ने आम आदमी पार्टी नूं कायम किया है, तो आम आदमी पार्टी की जिहड़ी सरकार बन चुकी है, तो उन्होंने भी भरोसा है कि हुण जिहड़े 1000 रुपये के वादे किए गए वो पूरे होणगे, जिहड़े होर जिहड़े घरेलू जिहड़े बिजली के बिलों लैके या पानी के बिलों लैके वादे किए गए वो पूरे होणगे, तो कि हुण ये देखना यह बनता है कि हुण अगे चल के जिहड़ी आम पार्टी है वह जनता दे भरोसे ते खरी उतरती है कि नहीं। तो इस मैं निधि वर्मा कैमरामैन रोहित दे नाल तुहाडे तों लूंगी इजाजत, ते होर अपडेट्स देखते रहो द सिटी हेडलाइन।